ਗੱਲ ਬਈ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਉਸਤਾਦ ਹੋਣੀ ਯੂਟਿਊਬ ਚੈਨਲ ਅਤੇ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਅਤੇ ਆਪਣੇ ਪਿੱਛੇ ਖੜੀਆਂ ਨੇ ਟਰਾਲੀਆਂ ਜੇ ਬਾਈਕ ਵਾਲੀ ਟਰਾਲੀ ਦੀ ਅੱਜ ਆਪਾਂ ਗੱਲਬਾਤ ਕਰਾਉਂਦੇ ਹਾਂ ਅਤੇ ਅੰਕਲ ਜੀ ਨਾਲ ਸਾਰੀ ਗੱਲਬਾਤ ਕਰਦੇ ਹਾਂ ਟਰਾਲੀ ਬਾਰੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ, ਕਿਰਪਾ। ਠੀਕ ਹੈ ਜੀ। ਅਤੇ ਆਪਾਂ ਹੁਣ ਟਰਾਲੀ ਬਾਰੇ ਗੱਲਬਾਤ ਕਰਦੇ ਹਾਂ ਜੀ। ਹਾਂਜੀ। ਅਤੇ ਟਰਾਲੀ ਕਿੰਨੀ ਫੁੱਟੀ ਟਰਾਲੀ ਹੈ ਜੀ ਇਹ? ਇਹ 5 ਫੁੱਟੀ ਹੋਵੇ। 5 ਫੁੱਟੀ ਹੈ ਜੀ। ਅਤੇ ਕਿਹੜੇ? 3.5। ਅੱਛਾ ਜੀ, 5 3.5 ਜੀ। 5 ਫੁੱਟ ਲੰਬੀ, 3 ਫੁੱਟ ਚੌੜੀ। 3.5 ਜੀ। 3.5 ਜੀ। ਹਾਂਜੀ ਠੀਕ ਹੈ ਜੀ। ਅਤੇ ਉਹ ਕਿੰਨੇ ਫੁੱਟ, ਉਹ ਕਿੱਡੀ ਹੈ? ਇਹ 6 ਫੁੱਟੀ ਹੈ ਜੀ। ਅੱਛਾ ਜੀ। ਹਾਂਜੀ, ਇਹ 6.5 ਜੀ। ਠੀਕ ਹੈ ਜੀ। ਹਾਂਜੀ। ਅਤੇ ਹੁਣ ਆਪਾਂ ਮਤਲਬ ਇਹਦੇ ਲੋਹੇ ਬਾਰੇ ਗੱਲ ਕਰਦੇ ਹਾਂ ਜੀ। ਫਿਰ ਲੋਹਾ ਤੁਸੀਂ ਕਿਹੜਾ ਯੂਜ਼ ਕਰਦੇ ਹੋ? ਵਧੀਆ ਲਾਉਂਦੇ ਆ, ਮਤਲਬ ਜਿੰਦਰ ਦਾ ਪੈਪ, ਵਧੀਆ ਚਾਦਰ, ਜੀਪੀ ਮਾਲ ਜਿਸਤੀ। ਅੱਛਾ ਜੀ। ਅਤੇ ਉਹ ਲਾਉਂਦੇ ਸਾਰਾ ਜੀ। ਠੀਕ ਹੈ ਜੀ। ਪਾਣੀ ਪੂਣੀ ਨਾਲ ਗਲਦਾ ਨਹੀਂ ਮਾਲ, ਵਧੀਆ ਕੁਆਲਿਟੀ ਦਾ ਮਾਲ ਲਾਉਂਦੇ ਆ। ਠੀਕ ਹੈ ਜੀ। ਅਤੇ ਪੇਂਟ ਪੂੰਟ ਦੀ ਆਪਾਂ ਹੁਣ ਜਿਵੇਂ ਗੱਲ ਕਰੀਏ ਜੀ, ਪੇਂਟ ਫਿਰ ਕਿਹੜਾ ਯੂਜ਼ ਕਰਦੇ ਹਾਂ ਜੀ? ਪੇਂਟ ਬਹੁਤ ਵਧੀਆ ਕੁਆਲਿਟੀ ਆ, ਜਿਵੇਂ ਕਰਦੇ ਹਾਂ ਪੇਂਟ ਜੀ, ਜਿਵੇਂ ਨੈਰੋ ਲਾਇਕ ਹੋ ਗਿਆ ਜਾਂ ਦੂਜਾ? ਨਹੀਂ, ਐਸਪਾ ਕੰਪਨੀਆਂ ਕਰਦੇ ਹਾਂ। ਐਸਪਾ? ਠੀਕ ਹੈ ਜੀ। ਅਤੇ ਜੋਖੇ ਕਿੰਨੇ ਕੁ ਮਤਲਬ ਵੇਟ ਕਿੰਨਾ? 6 ਕੁਇੰਟਲ 20 ਕਿਲੋ ਜੀ। ਅੱਛਾ ਜੀ। ਹਾਂਜੀ ਠੀਕ। ਆਪਾਂ ਮੋਟਰਸਾਈਕਲ ਪਿੱਛੇ ਪਾ ਸਕਦੇ ਹਾਂ ਨਾ? ਹਾਂਜੀ ਹਾਂਜੀ, ਆਰਾਮ ਨਾਲ। ਠੀਕ ਹੈ ਜੀ। ਜਿਵੇਂ ਆਹ ਤਾਂ ਹੈਗੀ ਜੀ ਸਿੰਪਲ, ਅਤੇ ਇਹਦੇ ਇੱਕ ਟਾਇਰ ਲੱਗਿਆ ਹੋਇਆ, ਮਤਲਬ ਇਹ 3 ਟਾਇਰ ਵਾਲੀ ਹੈ ਜੀ। ਅੱਛਾ ਜੀ। ਇਹਦਾ ਮਤਲਬ ਇੱਕ ਟਾਇਰ ਦਾ ਕੀ, ਤੀਜੇ ਟਾਇਰ ਦਾ ਕੀ? ਤੀਜੇ ਟਾਇਰ ਦਾ ਮਤਲਬ ਇਹ ਕੋਈ ਮਤਲਬ ਬਜ਼ੁਰਗਾਂ ਨੇ ਚਲਾਉਣੀ ਹੈ ਕਿਸੇ ਨੇ, ਅੱਛੀ ਕੋਈ ਬੱਚੇ ਨੇ ਚਲਾਉਣੀ, ਛੋਟੇ ਨੇ, ਹਾਂਜੀ, ਉਹ ਮਤਲਬ ਆਰਾਮ ਨਾਲ ਲਿਜਾ ਸਕਦਾ। ਅੱਛਾ ਜੀ। ਮਤਲਬ ਧੱਕਾ ਨਹੀਂ ਮਾਰਦਾ? ਨਾ, ਜਮਾਂ ਨਹੀਂ ਮਾਰਦਾ। ਆਹ ਮਾਰ ਦਈਏ ਥੋੜ੍ਹਾ ਜਿਹਾ, ਇਹ ਥੋੜ੍ਹਾ ਜਿਹਾ ਕਰ ਦਈਏ। ਹਾਂਜੀ, ਬਹੁਤ ਜਾਣੀ ਕਿ ਚੱਲਦੀ ਵਧੀਆ ਵੀ ਨੇ। ਹਾਂ ਜੀ ਹਾਂ, ਬਹੁਤ ਗੌਰ ਨਾਲ ਚਲਾਉਣੀ ਪੈਂਦੀ ਉਹਦੀ। ਠੀਕ ਹੈ ਜੀ। ਹਾਂਜੀ ਹਾਂਜੀ। ਚਲੋ ਜੀ, ਪੇਂਟ ਦੀ ਗੱਲ ਹੋ ਗਈ, ਬੋਡੀ ਦੀ ਗੱਲ ਹੋ ਗਈ, ਫਿਰ ਇਹ 'ਚ ਜਿਹੜਾ ਥੱਲਾ ਹਿੱਸਾ ਜੀ, ਉਹ ਜੇ ਥੱਲਾ ਹਿੱਸਾ ਜੀ ਮਰੂਤੀ ਦਾ ਲਾਉਂਦੇ ਹਾਂ ਜੀ। ਅੱਛਾ ਜੀ। ਹਾਂਜੀ ਹਾਂਜੀ ਠੀਕ ਹੈ ਜੀ। ਓਰੀਜਨਲ ਸਮਾਨ ਸਾਰਾ ਲਾਉਂਦੇ ਹਾਂ ਜਿਹੜਾ ਲੱਗਦਾ ਸਰ। ਠੀਕ ਹੈ ਜੀ। ਹਾਂਜੀ। ਅਤੇ ਕਿੰਨਾ ਖਰਚਾ ਆ ਜਾਂਦਾ ਜੀ, ਮਤਲਬ ਸਾਰੀ ਆ, ਇਹਦਾ ਕੀ ਰੇਟ ਹੋਊਗਾ ਜੀ? ਇਹ 15,000 ਰੁਪਏ 6 ਫੁੱਟੀ ਜੀ, 6.5 ਜੀ। ਠੀਕ ਹੈ ਜੀ। ਹਾਂਜੀ। ਅਤੇ ਇਹਦਾ ਕੀ ਰੇਟ ਆ ਜੀ? ਇਹ 18,000 ਰੁਪਏ ਜੀ। ਠੀਕ ਹੈ ਜੀ। ਹਾਂਜੀ, 5 3.5 ਟਾਇਰਾਂ ਦੇ ਵਜੇ। ਠੀਕ ਹੈ ਜੀ। ਹਾਂਜੀ ਹਾਂਜੀ, ਮੂਹਰਲਾ ਟਾਇਰ ਨਵਾਂ ਹੋਊ। ਅਤੇ ਹੋਰ ਮਤਲਬ ਤੁਸੀਂ ਆਪਣੀ ਟਰਾਲੀ ਦੀ ਕੋਈ ਖਾਸੀਅਤ ਦੱਸੋ ਜੀ। ਖਾਸੀਅਤ ਬਹੁਤ ਵਧੀਆ, ਮਤਲਬ ਚੱਲਦੀ ਹੈ, ਕੋਈ ਸਾਨੂੰ ਕੰਪਲੇਂਟ ਕੋਈ ਨਹੀਂ ਹੈਗੀ। ਠੀਕ ਹੈ ਜੀ। ਮਤਲਬ ਬਹੁਤ ਵਧੀਆ ਚੱਲ ਰਹੀ ਹੈ ਜੀ। ਠੀਕ ਹੈ। ਪਲੇਨ ਹੁੰਦਾ ਗਾ? ਹਾਂਜੀ। ਇਹ ਜਿਵੇਂ ਮਤਲਬ ਇਹ 'ਚ ਬੈਂਡ ਪਾਇਆ ਹੋਇਆ? ਇਹ ਬੈਂਡ ਅਸੀਂ ਮਸ਼ੀਨ ਡਾਈ ਬਣਾ ਕੇ ਮਤਲਬ ਇਹ ਬੈਂਡ ਕਰਦਾ ਜੀ। ਅੱਛਾ ਜੀ। ਮਜ਼ਬੂਤੀ ਹੋ ਗਈ, ਮਤਲਬ ਇਹਦਾ ਡਬਕ ਵੀ ਖਤਮ ਹੋ ਗਈ ਸਾਰੀ। ਹਾਂ, ਜਿਹੜਾ ਤੁਸੀਂ ਚਲੋ ਇਹ ਤਿਆਰ ਕਰ ਰਹੇ ਹੋ ਜੀ, ਕਿੰਨੇ ਟਾਈਮ ਤੋਂ ਤਿਆਰ ਕਰ ਰਹੇ ਹੋ ਜੀ? ਇਹ ਸਾਨੂੰ ਹੋ ਗਏ 2011 ਤੋਂ ਜੀ। ਮਤਲਬ 2011 ਤੁਸੀਂ ਇਹ ਤਿਆਰ ਕਰ ਰਹੇ ਹੋ? ਹਾਂਜੀ ਹਾਂਜੀ। ਅੱਛਾ ਜੀ। ਅਤੇ ਫਿਰ ਰਿਸਪੌਂਸ ਕਿਵੇਂ ਮਿਲਦਾ ਜੀ ਕਸਟਮਰ ਦਾ? ਬਸ ਲੋਕਲ ਵਾਸਤੇ ਗਾਹਕ ਇੱਕ ਨੇ। ਅੱਛਾ ਜੀ। ਕੰਪਲੇਂਟ ਵਗੈਰਾ ਤਾਂ ਨਹੀਂ? ਕੋਈ ਕੰਪਲੇਂਟ ਨਹੀਂ ਜੀ। ਠੀਕ ਹੈ। ਅਤੇ ਅੰਕਲ ਜੀ ਐਂ ਦੱਸੋ, ਤੁਸੀਂ ਕਦੇ ਮਤਲਬ ਇਹ 'ਚ ਅਤੇ ਇਹ 'ਚ ਕਿੰਨਾ ਵਜ਼ਨ ਪੈ ਜਾਂਦਾ ਜੀ? ਇਹ ਪੈ ਜਾਂਦਾ ਜੀ 7-8 ਕੁਇੰਟਲ ਜੀ। ਠੀਕ ਹੈ ਜੀ। ਹਾਂਜੀ। ਅਤੇ ਇਹ 'ਚ ਜੀ ਇਹ ਵੇਟ ਸੇਮ ਪੈਂਦਾ ਜਾਂ ਜਿਹੜਾ ਹਿੱਸਾ ਲੱਗਿਆ ਮਰੂਤੀ ਦਾ ਰੀਜਨ ਲੱਗਿਆ ਜੀ, ਵਜ਼ਨ ਉਹਨੇ ਹੀ ਚੱਕਣਾ। ਅੱਛਾ ਜੀ। ਹਾਂਜੀ ਹਾਂ। ਮਤਲਬ ਜਿਵੇਂ ਇਹ ਲੰਬੀ ਹੈ 'ਚ ਜ਼ਿਆਦਾ? ਹਾਂ ਨਹੀਂ, ਵਜ਼ਨ ਉਹਨੇ ਪੈਣਾ ਜੀ ਸੇਮ। ਅੱਛਾ ਜੀ। ਵਜ਼ਨ ਉਹਨਾਂ ਪਾ ਸਕਦੇ ਹਾਂ। ਠੀਕ ਹੈ ਜੀ। ਮਤਲਬ ਵਜ਼ਨ ਇੰਨਾ, ਮਤਲਬ ਲੰਬੀ ਦਾ ਮਤਲਬ ਉਹ? ਹਾਂ ਜੀ ਹਾਂ। ਠੀਕ ਹੈ ਜੀ। ਅਤੇ ਹੋਰ ਅਤੇ ਆਹ ਥੋੜ੍ਹੀ ਹੈਵੀ ਜੁਗਾੜ ਕਰਿਆ ਸਾਡਾ ਜੀ। ਹਾਂ ਜੀ, ਜਿਵੇਂ ਮਤਲਬ ਹੁੱਕ ਬਹੁਤ ਹੈਵੀ ਹੈ ਨਾ ਜੀ? ਹੈਵੀ ਹੁੱਕ ਜੀ। ਠੀਕ ਹੈ ਜੀ। ਅਤੇ ਆਹ ਜਿਹੜੇ ਵਾਇਰਿੰਗ ਪਾਏ ਨੇ ਬੜੇ ਮੋਟੀ ਸ਼ਾਰਟ ਪਾ ਕੇ ਨਾ? ਅੱਛਾ ਜੀ। ਹਾਂ ਹਾਂ ਜੀ। ਠੀਕ ਸਭ ਜਿਹੜਾ ਮਤਲਬ ਇਹ ਘੁੰਮਦਾ ਨਾ ਜੀ? ਹਾਂ ਜੀ, ਘੁੰਮਦਾ ਜੀ। ਮਤਲਬ ਇੱਕ ਟਾਇਰ ਹੀ 2 ਟਾਇਰਾਂ ਨੂੰ ਮੋੜੀ ਜਾਂਦਾ? ਹਾਂ ਜੀ। ਬੜੀ ਹੈ। ਅਤੇ ਆਹ ਹੁੱਕ ਨਾ ਇੱਦਾਂ ਹੈ ਨਾ ਜੀ? ਹਾਂ ਜੀ। ਇੱਦਾਂ ਵਰਕਿੰਗ ਕਰਦਾ? ਹਾਂ ਜੀ ਹਾਂ ਜੀ। ਟਰੇਨ ਮਤਲਬ ਟਰੈਕਟਰ ਵਾਂਗ ਵੀ ਟਰੈਕਟਰ ਪਿੱਛੇ ਪੈ ਜਾਂਦੀ ਹੈ? ਟਰੈਕਟਰ ਪਿੱਛੇ ਵੀ, ਮਤਲਬ ਜੀਪ ਮਗਰ ਵੀ ਪੈ ਜਾਂਦੀ ਆ? ਅੱਛਾ ਜੀ। ਹਾਂ ਜੀ ਹਾਂ। ਠੀਕ ਹੈ। ਜਿਵੇਂ ਆਪਾਂ ਮਤਲਬ ਥੋੜਾ ਮੋਟਾ ਸਮਾਨ ਜਿਵੇਂ ਰੇਹ ਹੋ ਗਿਆ, ਕਣਕ, ਸਪਰੇ, ਮਤਲਬ ਲਿਜਾ ਸਕਦੇ ਹਾਂ ਇਹਦੇ ਵਿੱਚ? ਸਾਰਾ ਕੰਮ ਕਰਦੀ ਜੀ? ਠੀਕ ਹੈ ਜੀ। ਓਵਰਆਲ? ਹਾਂ ਜੀ ਹਾਂ ਜੀ, ਸਾਰਾ ਟੋਟਲ ਕੰਮ ਕਰਦੀ। ਠੀਕ ਹੈ ਜੀ। ਅਤੇ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਆਪਣਾ ਐਡਰੈਸ ਦੱਸ ਦਿਓ ਜੀ ਅਤੇ ਨੰਬਰ। 98-152 ਜੀ, 84-813 ਜੀ। ਐਡਰੈਸ ਵੀ ਦੱਸ ਦਿਓ ਜੀ ਇੱਕ ਵਾਰੀ। ਪਿੰਡ ਕੰਗਣਵਾਲ ਜੀ, ਏਅਰਟੈਲ ਟਾਵਰ ਜੀ, ਫੋਕਲ ਪੁਆਇੰਟ ਰੋਡ। ਠੀਕ ਹੈ ਜੀ। ਹਾਂਜੀ ਹਾਂਜੀ। ਮਤਲਬ ਕਿਹੜੇ ਰੋਡ 'ਤੇ ਪੈਂਦੀ ਹੈ ਅਗਾਂਹ? ਮਤਲਬ ਬੋੜਾ ਜੀ ਤੋਂ? ਨਹੀਂ, ਅਹਿਮਦਗੜ੍ਹ ਰੋਡ ਆ ਜੀ। ਅਹਿਮਦਗੜ੍ਹ ਰੋਡ? ਨਹਿਰਾ ਰੋਡ ਆ। ਠੀਕ ਹੈ ਜੀ।